ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇਸ ਵਾਰ ਸਿੱਖ ਸੰਗਤਾਂ ਦੋਹਰੀ ਖੁਸ਼ੀ ਮਨਾ ਰਹੀਆਂ ਹਨ। ਇਸ ਵਾਰ ਸੰਗਤਾਂ ਵਿੱਚ ਇੱਕ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਬੀਤੇ ਦਿਨੀ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਰਸਮੀ ਐਲਾਨ ਕੀਤਾ ਗਿਆ ਹੈ। ਬਾਬਾ ਨਾਨਕ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਵੈਸੇ ਤਾਂ ਦੇਸ਼ਾਂ ਵਿਦੇਸ਼ਾਂ 'ਚ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ, ਪਰ ਜੇਕਰ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੇ ਅੰਤਰਰਾਸ਼ਟਰੀ ਸਰਹੱਦ ਦੀ, ਤਾਂ ਅੱਜ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਰਹੱਦ 'ਤੇ ਵੱਖਰਾ ਹੀ ਨਜ਼ਾਰਾ ਹੈ ਅਤੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਜੇਕਰ ਇਹ ਕਹਿ ਲਓ ਕਿ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਅੱਜ ਸੰਗਤਾਂ ਦਾ ਮੇਲਾ ਲੱਗਾ ਹੋਇਆ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ। ਲਾਂਘੇ ਦੇ ਐਲਾਨ ਦੇ ਮਗਰੋਂ ਦੂਰੋਂ ਦੂਰੋਂ ਸੰਗਤਾਂ ਅੱਜ ਗੁਰਪੁਰਬ ਦੇ ਮੌਕੇ 'ਤੇ ਡੇਰਾ ਬਾਬਾ ਨਾਨਕ ਦੀ ਸਰਹੱਦ 'ਤੇ ਪਹੁੰਚ ਰਹੀਆਂ ਹਨ ਅਤੇ ਦਰਸ਼ਨ ਸਥਲ 'ਤੇ ਖੜ੍ਹੇ ਹੋ ਕੇ ਪਾਕਿਸਤਾਨ 'ਚ ਪੈਂਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਦੇ ਨਾਲ ਦਰਸ਼ਨ ਦੀਦਾਰ ਕਰ ਰਹੀਆਂ ਹਨ। ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਿੱਖ ਸੰਗਤਾਂ ਵੱਲੋਂ ਗੁਰਪੁਰਬ ਦੇ ਮੌਕੇ 'ਤੇ ਵੱਡੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਲਾਂਘੇ ਦੇ ਐਲਾਨ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ। ਅੱਜ ਬਹੁਤ ਹੀ ਜ਼ਿਆਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ। ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਜ਼ਿੰਦਗੀ ਸਾਡੇ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ 350 ਸਾਲਾ ਗੁਰਪੁਰਬ ਆਇਆ, ਉਹਦੇ ਅਸੀਂ ਬਾਰਡਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਉਸ ਧਰਤੀ 'ਤੇ ਖੜ੍ਹੇ ਹਾਂ ਜਿੱਥੋਂ ਕਰਤਾਰਪੁਰ ਸਾਹਿਬ ਬਿਲਕੁਲ ਨਾਲ ਆ, ਮੱਥਾ ਟੇਕਿਆ, ਦਰਸ਼ਨ ਕੀਤੇ ਆ। ਔਰ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ, ਭਾਰਤ ਸਰਕਾਰ ਦਾ, ਪਾਕਿਸਤਾਨ ਦੀ ਸਰਕਾਰ ਦਾ, ਦੋਵਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕੱਲ੍ਹ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ, ਇਹ ਹਿਸਟੋਰੀਕਲ ਫੈਸਲਾ ਹੋਇਆ ਅਤੇ ਮੈਂ ਥੈਂਕਸ ਕਰਦਾ ਮੋਦੀ ਸਾਹਿਬ ਦਾ। ਭਾਵੇਂ ਅਸੀਂ ਸਿਆਸੀ ਤੌਰ 'ਤੇ ਆਮ ਆਦਮੀ ਪਾਰਟੀ ਦੇ ਨਾਲ ਹੈ, ਕਈ ਚੀਜ਼ਾਂ 'ਤੇ ਮਤਭੇਦ ਹੋਣਗੇ, ਪਰ ਜਿਹੜਾ ਕੱਲ੍ਹ ਉਹਨਾਂ ਨੇ ਫੈਸਲਾ ਕੀਤਾ, ਇਹ ਬਹੁਤ ਇੱਕ ਵਧੀਆ ਫੈਸਲਾ ਕੀਤਾ। ਪਾਕਿਸਤਾਨ ਦੀ ਸਰਕਾਰ ਦਾ ਵੀ ਥੈਂਕਸ ਕਰਦਾ। ਔਰ ਇਹ ਫੈਸਲਾ ਕਰਾਉਣ ਦੇ ਵਿੱਚ ਜਿਸ ਵੀ ਆਗੂ ਨੇ, ਜਿਸ ਵੀ ਲੀਡਰ ਨੇ, ਜਿਸ ਵੀ ਬੰਦੇ ਨੇ ਕੋਈ ਰੋਲ ਅਦਾ ਕੀਤਾ, ਕੋਈ ਅਪੀਲ ਕੀਤੀ ਸਰਕਾਰਾਂ ਨੂੰ, ਉਹਨਾਂ ਸਭ ਦਾ ਬਹੁਤ ਬਹੁਤ ਮੈਂ ਧੰਨਵਾਦ ਕਰ ਲਾਂਗਾ। ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਸਰਕਾਰ ਦੇ, ਜਿਨ੍ਹਾਂ ਨੇ ਲਾਂਘਾ ਖੋਲ੍ਹਿਆ। ਸਾਨੂੰ ਅੱਜ ਕਰਤਾਰਪੁਰ ਸਾਹਿਬ ਦੇ ਸਿੱਧੇ ਦਰਸ਼ਨ ਹੋ ਜਾਇਆ ਕਰਨਗੇ। ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਹੁਤ ਚੰਗਾ ਲੱਗ ਰਿਹਾ। ਕੋਰੀਡੋਰ ਖੁੱਲ੍ਹ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ, ਕਿਵੇਂ ਦਾ ਮਹਿਸੂਸ ਕਰ ਰਹੇ? ਅਸੀਂ ਇੱਥੇ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇੱਥੇ ਲਗਭਗ ਅੱਜ ਤੋਂ ਕੋਈ 20 ਸਾਲ ਤੋਂ ਲਗਾਤਾਰ ਇੱਥੇ ਹਰ ਮੱਸਿਆ 'ਤੇ ਇੱਥੇ ਇਹੋ ਅਰਦਾਸ ਹੁੰਦੀ ਸੀ ਸੰਗਤ ਵੱਲੋਂ ਕਿ ਖੁੱਲ੍ਹੇ ਦਰਸ਼ਨ ਦਰਦਾਰੇ, ਜਿੱਦਾਂ ਕਿ ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਦੱਸਿਆ ਹੋਇਆ ਹੈ, ਖੁੱਲ੍ਹੇ ਦਰਸ਼ਨ ਦਰਦਾਰੇ ਵਾਸਤੇ ਅਰਦਾਸ ਕੀਤੀ ਜਾਂਦੀ ਸੀ। ਉਹ 550 ਸਾਲਾਂ 'ਤੇ ਜੋ ਭਾਰਤ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਦਿੱਤੀ ਗਈ ਆ, ਇਸ ਨਾਲ ਸਿੱਖ ਸੰਗਤਾਂ ਵਿੱਚ ਕਾਫੀ ਖੁਸ਼ੀ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਜਗ੍ਹਾ ਜਿਸ ਨੂੰ ਕਿ ਪਹਿਲਾਂ ਬੈਕਵਰਡ ਇਲਾਕਾ ਮੰਨਿਆ ਜਾਂਦਾ ਸੀ, ਪਰੰਤੂ ਹੁਣ ਇਹ ਰਸਤਾ ਖੁੱਲ੍ਹਣ ਨਾਲ ਇਹ ਕਾਫੀ ਡਿਵੈਲਪਮੈਂਟ ਵੀ ਇੱਥੇ ਹੋਏਗੀ ਅਤੇ ਜੋ ਸਿੱਖ ਸੰਗਤਾਂ ਦਾ, ਜੋ ਗੁਰੂ ਨਾਨਕ ਦੇਵ ਜੀ ਨੇ ਜੋ ਆਪਣਾ ਇੱਥੇ ਅੰਤਿਮ ਸਮਾਂ ਗੁਜ਼ਾਰਿਆ, ਉਸ ਸੰਬੰਧੀ ਵੀ ਇੱਥੇ ਮਤਲਬ ਕਿ ਕਾਫੀ, ਜਿੱਦਾਂ ਚੋਲਾ ਸਾਹਿਬ ਦਾ ਮੇਲਾ ਪ੍ਰਤੀ ਅੱਗੇ ਕਿਸੇ ਨੂੰ ਪਤਾ ਸੀ, ਹੁਣ ਸਾਰੇ ਵਰਲਡ ਵਿੱਚ ਇਸ ਦਾ ਵੀ ਮਤਲਬ ਕਿ ਪ੍ਰਚਾਰ ਹੋਵੇਗਾ। ਮੈਨੂੰ ਬਹੁਤ ਖੁਸ਼ੀ ਹੈ ਅਤੇ ਮੇਰਾ ਪਰਿਵਾਰ ਜੋ ਅਸੀਂ ਅੱਜ ਇੱਥੇ ਆਏ ਹਾਂ ਦਰਸ਼ਨ ਵਾਸਤੇ, ਸਾਨੂੰ ਕਾਫੀ ਵਧੀਆ ਮਹਿਸੂਸ ਹੋ ਰਿਹਾ ਹੈ। ਕਦੇ ਇਸ ਜਗ੍ਹਾ 'ਤੇ ਇੱਥੇ ਉਜਾੜ ਹੋਇਆ ਕਰਦੀ ਸੀ, ਪਰ ਹੁਣ ਇੱਥੇ ਗੁਰਪੁਰਬ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ। ਹਾਂਜੀ, ਕਿਵੇਂ ਦਾ ਮਹਿਸੂਸ ਹੋ ਰਿਹਾ? ਹਾਂਜੀ ਸਰ, ਬਹੁਤ ਵਧੀਆ ਮਹਿਸੂਸ ਹੈ, ਬਹੁਤ ਖੁਸ਼ੀ ਹੈ ਸਾਨੂੰ ਜੀ। ਸਰਕਾਰਾਂ ਦੀ ਬਹੁਤ ਦੇਣ ਇਸ ਗੱਲ ਦੇ ਵਿੱਚ, ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ, ਸਾਨੂੰ ਗੁਰੂ ਨਾਨਕ ਸਾਹਿਬ ਦੇ ਖੁੱਲ੍ਹੇ ਦਰਸ਼ਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਡੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਸੁਮਿਤ ਅਰੋੜਾ ਦੇ ਨਾਲ ਗੁਰਕਿਰਪਾਲ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।